ਵੱਡੇ ਮਹਾਰਾਜ ਜੀ ਨੇ ਚੋਲਾ ਛੱਡਣ ਤੋਂ 2 ਹਫ਼ਤੇ ਪਹਿਲਾਂ ਸਰਦਾਰ ਬਹਾਦਰ ਜਗਤ ਸਿੰਘ ਜੀ ਨੂੰ ਬੁਲਾਇਆ ਅਤੇ ਫਰਮਾਇਆ ਕਿ ਤੁਸੀਂ ਮੇਰੀ ਥਾਂ ਕੰਮ ਕਰੋਗੇ। ਸਰਦਾਰ ਬਹਾਦਰ ਜੀ ਨੇ ਅਤਿਅੰਤ ਨਿਮਰਤਾਪੂਰਵਕ ਦੋਵੇਂ ਹੱਥ ਜੋੜ ਕੇ ਆਪਣੇ ਪਿਆਰੇ ਸਤਿਗੁਰ ਨੂੰ ਕਿਹਾ, ਇਹ ਸ਼ਹਿਨਸ਼ਾਹ ਦੀ ਗੱਦੀ ਸ਼ਹਿਨਸ਼ਾਹ ਨੂੰ ਹੀ ਸਜਦੀ ਹੈ, ਤੁਸੀਂ ਸਦਾ ਸਲਾਮਤ ਰਹੋ, ਮੈਂ ਤਾਂ ਦਾਸ ਹਾਂ। ਵੱਡੇ ਮਹਾਰਾਜ ਜੀ ਨੇ ਉਹਨਾਂ ਉੱਤੇ ਪ੍ਰੇਮ ਭਰੀ ਦ੍ਰਿਸ਼ਟੀ ਪਾਉਂਦੇ ਹੋਏ ਕਿਹਾ ਕਿ ਇਹ ਹੁਕਮ ਉੱਪਰੋਂ ਆਇਆ ਹੈ। ਸਰਦਾਰ ਬਹਾਦਰ ਦੇ ਨੇਤਰਾਂ ਵਿੱਚੋਂ ਹੰਝੂ ਵਗ ਤੁਰੇ ਅਤੇ ਆਪ ਨੇ ਵੱਡੇ ਮਹਾਰਾਜ ਜੀ ਦੇ ਹੁਕਮ ਅੱਗੇ ਸਿਰ ਝੁਕਾ ਦਿੱਤਾ। ਵੱਡੇ ਮਹਾਰਾਜ ਜੀ 2 ਅਪ੍ਰੈਲ 1948 ਵਾਲੇ ਦਿਨ 45 ਸਾਲ ਤੱਕ ਸੰਗਤ ਦੀ ਸੇਵਾ ਕਰਨ ਤੋਂ ਬਾਅਦ 90 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ।